ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਪਿਛਲੇ ਦਿਨਾਂ ਤੋਂ ਮਾਮਲਾ ਉੱਠਿਆ ਹੋਇਆ ਬੁੱਤਾਂ ਵਾਲਾ, ਉਸ ਨੂੰ ਲੈ ਕੇ ਅੱਜ ਵੱਖ ਵੱਖ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਹੋਈ ਹੈ। ਪਰ ਇਹਦੇ ਲਈ ਅੱਜ ਇਸ ਮੀਟਿੰਗ ਦੇ ਵਿੱਚ ਜੋ ਤੈਅ ਹੋਇਆ ਉਹ ਇਹੀ ਹੋਇਆ ਕਿ ਅਗਲੀ ਜਿਹੜੀ ਮੀਟਿੰਗ ਹੈ 22 ਤਰੀਕ ਦੀ ਰੱਖੀ ਗਈ ਅਤੇ ਗੁਰੂ ਘਰ ਜਿਹੜਾ ਸੰਤੋਖਸਰ ਸਾਹਿਬ ਹੈਗੇ ਉੱਥੇ ਰੱਖੀ ਗਈ ਮੀਟਿੰਗ ਹੈ। ਅਤੇ ਅਸੀਂ ਵੱਖ ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਇਹ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ ਕਿ ਉਹ ਜ਼ਰੂਰ ਪਹੁੰਚਣ, ਕਿਉਂਕਿ ਪੂਰੇ ਕੌਮ ਦਾ ਮਸਲਾ ਹੈਗਾ, ਪੂਰੇ ਪੰਥ ਦਾ ਮਸਲਾ ਹੈਗਾ, ਅਤੇ ਤਾਂ ਕਿ ਜਿਹੜਾ ਅਗਲਾ ਫੈਸਲਾ ਕੋਈ ਬੁੱਤ ਹਟਾਉਣ ਬਾਰੇ ਉਹ 22 ਤਰੀਕ ਨੂੰ ਹੀ ਲਿਆ ਜਾਊਗਾ। ਕਿਹੜੀ ਕਿਹੜੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਅੱਜ? ਇਹ ਜਥੇਬੰਦੀਆਂ ਦਾ ਬਲਦੇਵ ਸਿੰਘ ਸਰਸਾ ਜੀ ਖੜ੍ਹੇ ਨੇ, ਤੁਹਾਨੂੰ ਦੱਸ ਦਿੰਦੇ ਨੇ ਕਿ ਕਿਹੜੀਆਂ ਕਿਹੜੀਆਂ ਜਥੇਬੰਦੀਆਂ, ਕਿਉਂਕਿ ਇਹਨਾਂ ਕੋਲ ਲਿਖਿਆ ਹੋਇਆ ਕਿ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਦੇ ਨੁਮਾਇੰਦੇ ਜਿੱਥੇ ਆਏ ਆ। ਕੀ ਫੈਸਲੇ ਲੈ ਗਏ ਕੋਈ ਜੀ? ਫੈਸਲਾ ਅੱਜ ਸਿਰਫ ਇਹੀ ਹੋਇਆ ਕਿ 22 ਤਰੀਕ ਨੂੰ ਦੁਬਾਰਾ ਇੱਕ ਜਿਹੜਾ ਸਾਰੀਆਂ, ਕਿਉਂਕਿ ਅੱਜ ਬਹੁਤ ਜਥੇਬੰਦੀਆਂ ਜਿਹੜੀਆਂ ਰਹਿ ਗਈਆਂ ਸੁਨੇਹੇ ਨਹੀਂ ਲੱਗ ਸਕੇ ਆਈਆਂ ਨਹੀਂ, ਤਾਂ ਸਾਰਿਆਂ ਨੂੰ ਆ ਕੇ ਇੱਕ ਸਾਰਾ ਇਕੱਠੇ ਹੋ ਕੇ ਇੱਕ ਫੈਸਲਾ ਲੈਣ ਕਿ ਬੁੱਤਾਂ ਦਾ ਅੱਗੇ ਕਰਨਾ ਕੀ ਹੈ। 370 ਧਾਰਾ ਲੈ ਕੇ ਹੋਇਆ ਕੋਈ ਬੁੱਤ? ਹੈ ਜੀ 307 ਧਾਰਾ ਢਾਉਣੀ ਸੀ। 307 ਇਹ ਸਾਰੇ ਮਸਲੇ ਇੱਥੇ ਵਿਚਾਰੇ ਗਏ ਨੇ। 307 ਵਾਲਾ ਵੀ ਵਿਚਾਰਿਆ ਗਿਆ ਜਿਹੜਾ ਨਾਜਾਇਜ਼ ਮੁਕੱਦਮਾ ਦਰਜ ਕੀਤਾ ਗਿਆ। ਇੱਥੇ ਅੱਜ ਜਿਹੜਾ ਇਹ ਰੇਲਵੇ ਸਟੇਸ਼ਨ ਨੂੰ ਉਹਨੂੰ ਢਾ ਕੇ ਇੱਕ ਫੁੱਲ ਦੀ ਸ਼ਕਲ ਦੇ ਵਿੱਚ, ਕਮਲ ਦੇ ਫੁੱਲ ਦੀ ਸ਼ਕਲ ਦੇ ਵਿੱਚ ਉਹ ਜਿਹੜੇ ਉਹਦੀ ਬਣਾਉਣ ਨੂੰ ਫਿਰਦੇ ਆ, ਉਹ ਵੀ ਵਿਚਾਰਿਆ ਗਿਆ। ਜਲ੍ਹਿਆਂਵਾਲੇ ਬਾਗ ਦੇ ਵਿੱਚ ਜਿਹੜਾ ਸ਼ਹੀਦ ਊਧਮ ਸਿੰਘ ਦਾ ਬੁੱਤ ਹੈ ਉਹਨੂੰ ਢੱਕਿਆ ਗਿਆ ਕਮਰਾ ਪਾ ਕੇ, ਉਹ ਵੀ ਵਿਚਾਰਿਆ ਗਿਆ। ਸਾਰੇ ਮਸਲੇ ਵਿਚਾਰੇ ਗਏ ਨੇ, ਪਰ ਉਹ ਵਿਚਾਰਨ ਤੋਂ ਬਾਅਦ ਫੈਸਲਾ ਇਹੀ ਹੋਇਆ ਕਿ 22 ਤਰੀਕ ਨੂੰ ਅਗਲੀ ਜਿਹੜੀ ਮੀਟਿੰਗ ਰੱਖੀ ਗਈ ਹੈ। ਅੱਜ ਅਸੀਂ ਜਿਹੜੀ ਮੀਟਿੰਗ ਸੀ ਉਹ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਇਹ ਕਾਲ ਕੀਤੀ ਸੀ ਕਿ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਮੁੱਖ ਰਸਤਾ ਜਾਂਦਾ, ਉਸ ਰਸਤੇ 'ਤੇ ਜਿਹੜੇ ਬੁੱਤ ਲੱਗੇ ਸਨ ਉਹ ਜੋ ਨੌਜਵਾਨਾਂ ਨੇ ਬਹੁਤ ਵੱਡੀ ਹਿੰਮਤ ਕਰਕੇ ਉਹਨਾਂ ਨੂੰ ਤੋੜਿਆ ਅਤੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਾਇਆ ਗਿਆ, 307 ਧਾਰਾ ਲਾਈ ਗਈ ਹੈ, ਇਹਦੇ ਸੰਬੰਧ ਵਿੱਚ ਜਿਹੜੀ ਆ ਉਹ ਮੀਟਿੰਗ ਰੱਖੀ ਗਈ ਹੈ। ਕਿਉਂਕਿ ਇਹਨਾਂ ਬੁੱਤਾਂ ਨੂੰ ਤੋੜਨ ਵਾਸਤੇ, ਇੱਥੋਂ ਹਟਾਉਣ ਵਾਸਤੇ ਪਹਿਲਾਂ ਕਾਫੀ ਜਿਹੜਾ ਸੀ ਉਹ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸਰਕਾਰ ਨੂੰ ਇਹ ਜਿਹੜੇ ਸੀ ਮੰਗ ਪੱਤਰ ਦਿੱਤੇ ਗਏ ਸੀ ਕਿ ਬੁੱਤ ਹਟਾਏ ਜਾਣ। ਉਹਨਾਂ ਜਦੋਂ ਨਹੀਂ ਹਟਾਏ ਤਾਂ ਨੌਜਵਾਨਾਂ ਨੇ ਆਪ ਹਿੰਮਤ ਕਰਕੇ ਕੀਤਾ ਔਰ ਉਹਨਾਂ 'ਤੇ ਜੋ ਪਰਚੇ ਕਰਕੇ ਅਤੇ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਗਿਆ, ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਵਾਸਤੇ। ਅਤੇ ਜੋ ਦਰਬਾਰ ਅੰਮ੍ਰਿਤਸਰ ਦੇ ਵਿੱਚ ਰੇਲਵੇ ਸਟੇਸ਼ਨ ਦੀ ਜੋ ਪੁਰਾਣੀ ਸਿੱਖ ਵਿਰਸੇ ਦੇ ਨਾਲ, ਜੋ ਵਿਰਾਸਤ ਦੇ ਨਾਲ ਜੋ ਜੁੜੀ ਹੋਈ ਜੋ ਉੱਥੋਂ ਦੀ ਦਿੱਖ ਹੈ, ਉਹਨੂੰ ਖਤਮ ਕਰਨ ਵਾਸਤੇ ਇੱਥੇ ਇਹਨੂੰ ਕਮਲ ਦੇ ਫੁੱਲ ਦੀ ਜਿਹੜੀ ਆ ਉਹ ਸੇਵ ਦਿੱਤੀ ਜਾ ਰਹੀ ਆ, ਦਿੱਖ ਬਣਾਈ ਜਾ ਰਹੀ ਆ। ਉਹਦੇ ਵਾਸਤੇ ਵੀ ਆਇਆ ਵੀ ਇਹ ਅਸੀਂ ਕਿਸੇ ਵੀ ਕਿਸਮ 'ਤੇ ਕੀਮਤ 'ਤੇ ਜਿਹੜਾ ਇਹ ਨਹੀਂ ਇਸ ਤਰ੍ਹਾਂ ਹੋਣ ਦੇਵਾਂਗੇ। ਤੀਸਰੀ ਗੱਲ ਇਹ ਸੀ ਕਿ ਅੱਜ ਜਿਸ ਤਰ੍ਹਾਂ ਕਿ ਜਲ੍ਹਿਆਂਵਾਲੇ ਬਾਗ ਦੇ ਵਿੱਚ ਇਹਨਾਂ ਨੇ ਟਿਕਟ ਸ਼ੁਰੂ ਕਰ ਦਿੱਤੀ ਆ ਔਰ ਸਰਦਾਰ ਊਧਮ ਸਿੰਘ ਸ਼ਹੀਦ ਦਾ ਜਿਹੜਾ ਬੁੱਤ ਸੀ ਉਹਦੇ ਅੱਗੇ ਇਹਨਾਂ ਨੇ ਕਮਰਾ ਬਣਾਤਾ ਹੈ, ਉਹਨੂੰ ਹਟਾਉਣ ਵਾਸਤੇ ਅਤੇ ਜਿਹੜੀ ਟਿਕਟ ਲਾਈ ਗਈ ਆ ਉਹਨੂੰ ਵੀ ਬੰਦ ਕਰਾਉਣ ਵਾਸਤੇ ਅੱਜ ਦੀ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਸੀ। ਇਸ ਕਰਕੇ ਅੱਜ ਇਸ ਮੀਟਿੰਗ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਜਿਹੜੀਆਂ ਅੱਜ ਪਹੁੰਚੀਆਂ ਨੇ, ਕਾਫੀ ਜਥੇਬੰਦੀਆਂ ਪਹੁੰਚੀਆਂ ਨੇ, ਉਹਨਾਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ 22 ਤਰੀਕ ਨੂੰ ਸੰਤੋਖਸਰ ਸਾਹਿਬ, ਉੱਥੇ ਪਹਿਲਾਂ ਵੀ ਇੱਕ ਮੀਟਿੰਗ ਹੋ ਚੁੱਕੀ ਆ ਇਹਨਾਂ ਬੁੱਤਾਂ ਦੇ ਸੰਬੰਧ ਵਿੱਚ ਔਰ ਦੂਸਰੀ ਮੀਟਿੰਗ ਜਿਹੜੀ ਆ ਉੱਥੇ ਫਿਰ 22 ਤਰੀਕ ਨੂੰ ਰੱਖੀ ਗਈ ਆ। ਜਿਹੜੀ ਪਹਿਲੀਆਂ ਜਥੇਬੰਦੀਆਂ ਸੀ ਉਹਨਾਂ ਨੂੰ ਵੀ ਨਾਲ ਉੱਥੇ ਬੁਲਾਇਆ ਜਾਵੇਗਾ, ਕਾਲ ਦਿੱਤੀ ਜਾ ਰਹੀ ਹੈ। ਔਰ ਬਾਕੀ ਜਿਹੜੀਆਂ ਜਥੇਬੰਦੀਆਂ ਹੋਰ ਜਿਹੜੀਆਂ ਧਾਰਮਿਕ ਰਾਜਨੀਤਿਕ ਜਿਹੜੇ ਸੋਸ਼ਲ ਤੌਰ 'ਤੇ ਕੰਮ ਕਰ ਰਹੇ ਨੇ ਉਹਨਾਂ ਤੱਕ ਵੀ ਪਹੁੰਚ ਕਰਕੇ ਵੀ ਅਤੇ ਖੁੱਲ੍ਹਾ ਸੱਦਾ ਦੇ ਕੇ ਵੀ ਉਹਨਾਂ ਨੂੰ 22 ਤਰੀਕ ਦੀ ਮੀਟਿੰਗ ਦੇ ਵਿੱਚ ਉੱਥੇ ਸੱਦਾ ਦਿੱਤਾ ਗਿਆ। ਉਸ ਮੀਟਿੰਗ ਦੇ ਵਿੱਚ ਅਸੀਂ ਨੁਮਾਇੰਦਾ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਦਾ ਇਕੱਠ ਉੱਥੇ ਬੁਲਾਇਆ ਔਰ ਉਹ ਨੁਮਾਇੰਦੇ ਜਿੰਨੇ ਵੀ ਉੱਥੇ ਇਕੱਠੇ ਹੋਣਗੇ ਉਹ ਅਗਲਾ ਐਕਸ਼ਨ ਪ੍ਰੋਗਰਾਮ
ਕਿਉਂਕਿ ਇਹ ਕਹਿੰਦੇ ਨੇ ਕਿ ਅਸੀਂ 26 ਤਰੀਕ ਤੱਕ ਜਿਹੜਾ ਹੈ ਉਹ ਬਾਅਦ ਦੇ ਵਿੱਚ ਗੱਲ ਜਿਹੜੀ ਆ ਕਰਾਂਗੇ ਵੀ 26 ਜਨਵਰੀ ਆ ਰਹੀ ਆ ਅਤੇ ਉਹਦੇ ਤੱਕ ਸਾਨੂੰ ਟਾਈਮ ਦਿੱਤਾ ਜਾਏ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਲੇਕਿਨ ਸੰਗਤਾਂ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਰੋਸ ਹੈ, ਇਸ ਕਰਕੇ 26 ਜਨਵਰੀ ਦੀ ਉਡੀਕ ਜਿਹੜੀ ਆ ਉਹ ਕਰਨੀ ਬਹੁਤ ਔਖੀ ਹੈ, ਇੰਨਾ ਸਮਾਂ ਨਹੀਂ ਲਗਾ ਸਕਦੇ, ਜਿਸ ਕਰਕੇ 22 ਤਰੀਕ ਦੀ ਮੀਟਿੰਗ ਰੱਖ ਕੇ ਉਹਦੇ ਵਿੱਚ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਬੁੱਤਾਂ ਨੂੰ ਹਟਾਉਣ ਵਾਸਤੇ ਅਤੇ ਇਹਨਾਂ ਸਾਰਿਆਂ ਮੁੱਦਿਆਂ 'ਤੇ ਜਿਹੜੀ ਆ ਉਹ ਵਿਚਾਰ ਜਿਹੜੀ ਆ ਉਹ ਕੀਤੀ।